श्रुति खजूरिया उपराज्यपाल मनोज सिन्हा ने जमू ज जनरल बस अड्डे शापिंग से बहुस्तरीय पार्किंग का उद्घाटन किया मुबारक मंडी तम तभी तोड़ी इलाके का विकास कि उपराज्यपाल हूं सलाहकार फारूक खान हो समाज तोगदान करने कश्मीरी पंडितों की सराहना रक्षा मंत्री राजनाथ सिंह हो भारत के चीन पूर्वी लद्दाख में अगेत्रे इलाकों ਮਰਹਲੇਵਾਟਨ ਕੇ ਕਨੇ ਆਪਣੇ ਬਲੰਗੀ ਪਿੱਛੇ ਹਟਾਣੇ ਪਰ ਰਾਜ਼ੀ ਹੋਈ ਗੇਨ ਤੇ ਪਿਛਲੇ ਪੰਜੇ ਬਰੇ ਦੌਰਾਨ ਮੁਲਕ ਜ ਕੁਰੀਬਨ 1 ਕਰੋੜ ਸੂਖਸ਼ਮ ਲੋਕੇ ਤੇ ਮਜੋਲੇ ਉਦਮੇ ਦਾ ਪੰਚੀਕਰਨ ਕੀਤਾ ਗਿਆ ਖਬਰਾਂ ਦੀ ਤਫਸੀਲ ਕਨੇ ਨਰੇਸ਼ ਸ਼ਰਮਾ ਜੰਮੂ ਸ਼ਹਿਰ ਕੇ ਨਾਗਰੀਕਾਂ ਦੇ ਅਨੁਕੂਲ ਬਣਾਣੇ ਸ਼ਹਿਰ ਚ ਬਖਰਾ ਕਾ ਚਾਲੀ ਦੀਆਂ ਸਹੂਲਤਾਂ ਉਪਲਬਧ ਕਰਾਉਣੇ ਤੇ ਜਾਮ ਲੱਗਣ ਵਾਲੀ ਇਸ ਸਮੱਸਿਆ ਕੇ ਘਟ ਕਰਨੇ ਦੇ ਮਕਸਦ ਤਹਿਤ ਇੱਕ ਹੋਰ ਵੱਡੀ ਗੈਂਪ ਉੱਢਦੇ ਹੋਈ ਉਪਰ ਰਾਜਪਾਲ ਮਨੋਜ ਸਿਨਹਾ ਹੋ ਰਹੇ ਬਸ ਅੱਡੇ ਪਰ ਬਹੁស្តਾਰੀ ਕਾਰ ਪਾਰਕਿੰਗ ਕਾਰੋਬਾਰੀ ਇਡਾਰੇ ਤੇ ਸ਼ਾਪਿੰਗ ਕੰਪਲੈਕਸ ਦਾ ਕਲ ਉਦਘਾਟਨ ਕੀਤਾ ਇਹਦੇ ਉਪਰ 213 ਕਰੋੜ 8 ਲੱਖ ਰੁਪਏ ਦੀ ਲਾਗਤ ਆਈ ਹੈ ਇਸ ਮੌਕੇ ਉਪਰ ਬੋਲਦੇ ਹੋਏ ਉਪਰ ਰਾਜਪਾਲ ਹੋ ਰਹੇ ਆਖਿਆ ਜੇ ਹੈ ਜਨਰਲ ਬਸ ਅੱਡੇ ਤੇ ਮਤੀ ਮੰਜ਼ਲਿਆਂ ਲਈ ਪਾਰਕਿੰਗ ਲਈ ਸਹੂਲਤਾਂ ਆਮ ਨਾਗਰਿਕਾਂ ਦੀ ਮਿਆਰੀ ਜ਼ਰੂਰਤਾਂ ਤੇ ਕਾਰੋਬਾਰੀ ਵਰਗਾਸਤਾ ਬੁਨਿਆਦੀ ਢਾਂਚਾ ਉਪਲਬਧ ਕਰਾਉਣੇ ਬਖੀ ਇੱਕ ਵੱਡੀ ਗੱਲ ਹੈ ਉਨੇ ਆਖਿਆ ਜੇ ਆਉਂਦੇ ਦਿਨਾਂ 'ਚ ਜੰਮੂ ਸ਼ਹਿਰ 'ਚ ਸੋਚਣਾ ਟੈਕਨੋਲੋਜੀ ਉੱਪਰ ਆਧਾਰਿਤ ਸਮਾਰਟ ਪਾਰਕਿੰਗ ਦੀ ਵਿਵਸਥਾ ਬਣਾਈ ਜਾਗ ਗੱਡੀਆਂ ਦੀ ਪਾਰਕਿੰਗ ਵਾਸਤੇ ਸ਼ਹਿਰ ਦੀਆਂ ਤੀਤੀਆਂ ਵੱਡੀਆਂ ਸੜਕਾਂਗੇ ਵਿਕਸਿਤ ਕੀਤਾ ਜਾਗ ਤਾਂ ਜੋ ਗੱਡੀਆਂ ਦੇ ਟੱਕੇ ਨਹੀਂ ਲੱਗਣ ਇਹਦੇ ਇਲਾਵਾ ਰਾਹਗੀਰਾਂ ਤੇ ਸਾਈਕਲਿੰਗ ਦੇ ਚੱਲਣ ਦਾ ਵੀ ਖਿਆਲ ਰੱਖਿਆ ਜਾਗ ਉਹਨੇ ਦੱਸਿਆ ਜੇ ਮੁਬਾਰਕ ਮੰਡੀ ਥਾਵਾਂ ਤਵੀ ਦੇ ਕੰਡੇ ਮੋਤੀ ਬਾਜ਼ਾਰ ਅਰਗਨਾਥ ਬਾਜ਼ਾਰ ਅਫਸਰਾ ਰੋਡ ਗੋਲ ਮਾਰਕੀਟ ਕਨਾਲ ਰੋਡ ਡੋਗਰਾ ਚੌਕ ਤੇ ਕੇਸੀ ਚੌਕਲੇ ਇਲਾਕਿਆਂ ਗੀ ਨਵੇਂ ਸਰੀਆ ਵਿਕਸਤ ਕਰਨ ਤਾਂ ਇਹ ਯਤਨ ਕੀਤਾ ਜਾ ਕਰਦੇ ਨੇ ਇਹਦੇ ਆਸਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਉਹਨੇ ਦੱਸਿਆ ਜੇ 75ਵੇਂ ਗਨਤੰਤਰ ਦਿਵਸ ਤੇ ਇਹ ਵਿਸ਼ਾਲ ਉਤਸਵ ਤੋਂੜੀ ਜੰਮੂ ਦੇ ਮੁਬਾਰਕ ਮੰਡੀ ਤੇ ਕਸ਼ਮੀਰ ਦੇ ਸ਼ੇਰ ਗੜੀ ਦੀ ਮਰਮਤ ਤੇ ਬਾਲੀ ਦਾ ਕੰਮ ਮੁਕੰਮਲ ਕਰ ਲੱਤਾ ਜਾਗ ਉਹਨੇ ਆਖਿਆ ਜੇ ਇੱਥੇ ਮੈਟਰੋ ਰੇਲ ਵੀ ਟੌਲਿੰਗ ਚੱਲਣਾ ਸ਼ੁਰੂ ਹੋ ਜਾਗ ਉਹਨੇ ਦੱਸਿਆ ਜੇ ਜੰਮੂ ਕਸ਼ਮੀਰ ਦੇ ਇਤਿਹਾਸ ਚ ਇੱਕ ਵੱਡੀ ਤੇ ਵਿਆਪਕ ਉਦਯੋਗਿਕ ਸਕੀਮ ਤਿਆਰ ਕੀਤੀ ਗਈ ਹੈ ਜਿਹਦੇ ਤੇ ਜੰਮੂ ਸ਼ਹਿਰ ਚ ਊਰਜਾ ਸਬਜ ਖੇਤਰੀ ਸ਼ਹਿਰੀ ਯੋਜਨਾ ਬਨਸਭਰਨਤਾ ਆਵਾਦਾ ਮਿਆਰ ਪਾਣੀ ਦੇ ਪ੍ਰਬੰਧਨ ਤੇ ਕੂੜੇ ਕਰਗਟ ਕੀ ਠਿਕਾਣਾ ਲਾਣੇ ਸਰਵੰਦੀ ਕਮੇਂਗੀ ਤੇਜ਼ ਕੀਤਾ ਗਿਆ ਹੈ 62 ਵਾਲੀ ਪਾਰਕਿੰਗ ਚ 80 ਬੱਸਾਂ 1312 ਕਾਰਾਂ ਤੇ 177 ਦੋਪਈਆ ਗੱਡੀਆਂ ਖੜੇ ਨੇ 239 ਅਟੀਆਂ ਦੁਕਾਨਾਂ ਰੈਸਤਰਾ ਤੇ ਖਾਣੇ ਪੀਣੇ ਵਾਲੀ ਥਾਰੇ ਦੀ ਵਿਵਸਥਾ ਕੀਤੀ ਗਈ ਹੈ ਲੈਫਟੀਨੈਂਟ ਗਵਰਨਰ ਮਨੋਜ ਸਿਨ ਉਹਰੇ ਕੱਲ ਰਾਜਪਾਬਨ ਜੰਮੂ ਚ ਕਸ਼ਮੀਰੀ ਯੂਨੀਵਰਸਿਟੀ ਕਾਉਂਸਲ ਦੀ ਕਾਸੀਮੀ ਮੀਟਿੰਗ ਦੇ ਪ੍ਰਧਾਨਤਾ ਕੀਤੇ ਉਹਨੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ تفصیلی رپورٹ ਮੰਗੇ ਤੇ ਅਧਿਕਾਰੀਆਂਗੇ ਯੂਨੀਵਰਸਿਟੀ ਚ ਪੜ੍ਹਾਈ ਤੇ ਅਨੁਸੰਧਾਨ ਦਾ ਵਾਤਾਵਰਨ ਮਜ਼ਬੂਤ ਬਣਾਉਣਾਸਤੇ ਵਿਆਪਕ ਗੈਹ ਪੁੱਟਨੇ ਤਾਂ ਆਖਿਆ ਵਨੇ ਅਧਿਕਾਰੀਆਂ ਨੇ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੇ ਕੰਮ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਨੇ ਤੇ ਇਹਦੇ ਤਾਂ ਹੀ ਯੋਜਨਾ ਬਣਾਉਣੇ ਲਈ ਆਖਿਆ ਤਾਂ ਜੋ ਉੱਚ ਸਿੱਖਿਆ ਖੇਤਰ 'ਤੇ ਕਾਰਗਰ ਨਤੀਜੇ ਦੇਣ ਵਾਲਾ ਅਤੇ ਬਹੁਮੁਖੀ ਬਣਾਇਆ ਜਾ ਸਕੇ ਉਪਰ ਰਾਜਪਾਲ ਹੋਰੇ ਨਸ਼ਾ ਮੁਕਤੀ ਤੇ ਮਾਨਸਿਕ ਸਿਹਤ ਬਾਰੇ ਅਨੁਸੰਧਾਨ ਤੇ ਸਲਾਹ مشورے ਵਾਲੇ ਕੰਮਾਂ 'ਤੇ ਵਿਸ਼ੇਸ਼ ਜ਼ੋਰ ਪਾਉਣ ਦੀ ਆਖਿਆ ਜੇ ਇਹਦੇ ਤਾਂ ਹੀ ਸਮਰਪਣ ਭਾਵ ਵਾਲੇ ਕਾਰਜਕ੍ਰਮ ਤਿਆਰ ਕੀਤੇ ਜਾਣੇ ਲੋੜ ਚ ਹੈਨਾ ਲੈਫਟੇਨੈਂਟ ਗਵਰਨਰ ਉੰਦੇ ਸਲਾਹਕਾਰ ਫਰੂਖ ਖਾਨ ਹੋਰੇ ਕੱਲ ਵਿਸ਼ਵ ਕਸ਼ਮੀਰੀ ਸਮਾਜ ਸੰਗਠਨ ਪਾਸਿਆ ਲੋਏਗੇ ਤੇ ਇੱਕ ਸਮਾਰੋਹ ਚ ਕਈ ਸਮਾਜਿਕ ਕਾਰਜਕਰਤਾਇਂਗੇ ਸਮਾਰਿਤ ਕਿਤਾਬ ਇਸ ਮੌਕੇ ਆਪਣੇ ਬੋਲਦੇ ਉਨੇ ਸੰਗਠਨ ਦੀਆਂ ਗਤੀਵਿਧੀਆਂ ਦੀ ਸਰਾਹਣਾ ਕੀਤੀ ਸਲਾਹਕਾਰ ਹੋਰੇ ਸਿੱਖਿਆ ਦੇ ਖੇਤਰ ਚ ਕਸ਼ਮੀਰੀ ਪੰਡਤ ਸਮਾਜ ਦੇ ਯੋਗਦਾਨ ਦੇ ਵੀ ਪ੍ਰਸ਼ੰਸਾ ਕੀਤੀ ਇਸ ਮੌਕੇ ਜਿਹਨਾਂ ਕੇ ਸਨਮਾਨਿਤ ਕੀਤਾ ਗਿਆ ਉਨੇ ਚੰ ਮਿਸ਼ਨ ਸਕਿੱਲ ਯੂਨੀਵਰਸਿਟੀ ਹਰਿਆਣਾ ਦੇ ਪਹਿਲੇ ਚਾਂਸਲਰ ਅਰਾਜ ਨਹਿਰੂ ਤੇ ਹਾਲ ਚ ਗਿਆ ਆਈ ਏ ਐਸ ਦੀ ਪ੍ਰੀਖਿਆ ਚ ਕਾਮਯਾਬ ਹੋਣ ਵਾਲੀ ਸ਼ੇਵਿਆ ਹੰਗਲੋ ਵੀ ਸ਼ਾਮਲ ਹੈ ਮੁਲਖ ਪਰ ਅੱਜ ਕੋਵਿਡ-19 ਤੋਂ ਬਚਾਅਲਾ ਟੀਕਾ ਅਜੇ ਤੱਕ ਕਰ 74 ਲੱਖ 30 ਹਜ਼ਾਰ ਸਿਹਤ ਕਰਮੀਆਂ ਤੇ ਪਹਿਲੀ ਪੰਕਤੀ 'ਚ ਖੜੋਤੇ ਦੇ ਕਰੋਨਾ ਯੋਧਾਾਂਗੇ ਲਾਇਆ ਗਿਆ ਹੈ 72 ਦਿਨਾਂ ਦੌਰਾਨ ਸਭਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਤਮ ਹਾਸਲ ਜਾਣਕਾਰੀ ਮੁਤਾਬਕ ਕੱਲ ਤੱਕ ਕਰ 74 ਲੱਖ 30866 ਲੋਕਾਂ ਨੂੰ ਕੋਵਿਡ-19 ਤੋਂ ਬਚਾਅਲਾ ਟੀਕਾ ਲਇ ਦਿੱਤਾ ਗਿਆ ਹ ਅਜੇ ਤੱਕ 1 ਲੱਖ 53799 ਗੇੜ ਲਾਇਏ ਹਨ ਕੱਲ 1074370 ਅਲਵਾਏ ਗਏ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੋਵਿਡ 19 ਦੇ ਕੱਲ 65 ਨਵੇਂ ਮਾਮਲੇ ਸਾਹਮਣੇ ਆਏ ਨਾ ਇੰਦੇ ਚ 15 ਜੰਮੂ ਖਿੱਤੇ ਥਾਵਾ ਤੇ 50 ਕਸ਼ਮੀਰ ਘਟੇ ਥਾਵਾ ਹੈ ਇਹਨੇ ਨਵੇਂ ਮਾਮਲੇ ਦੇ ਸਾਹਮਣੇ ਆਉਣੇ ਮਗਰਾ ਕੋਵਿਡ 19 ਦੇ ਜੰਮੂ ਕਸ਼ਮੀਰ ਚ ਕੁੱਲ ਤਸਦੀਕਸ਼ੁਦਾ ਮਾਮਲੇ ਦੇ ਗਿੰਤਰੀ 1517 ਹੋਈ ਗਈ ਹੈ ਇੰਦੇ ਚਾ 628 ਸਕਰੀਏ ਮਾਮਲਿਆਂ 'ਚ 122542 ਮਰੀਜ਼ਾਂ ਨਰੋਏ ਹੋਏ ਜਦੋਂ 2 ਲੋਕਾਂ ਦੇ ਕੱਲ ਇਸ ਲਾਗਿਆ ਕਰੇ ਕਸ਼ਮੀਰ ਖੇਤੇ 'ਚ ਮੌਤ ਵੀ ਹੋਈ ਹੈ ਅਜਿਹਾ ਕਰ ਜੰਮੂ ਕਸ਼ਮੀਰ 'ਚ ਇਸ ਲਾਗਿਆ ਕਰੇ ਕੁੱਲ 1947 ਲੋਕਾਂ ਦੀ ਮੌਤ ਹੋਈ ਹੈ ਕੱਲ ਕੋਵਿਡ-19 ਦੇ 40 ਹੋਰ ਮਰੀਜ਼ਾਂ ਦੇ ਨਰੋਏ ਹੋਏ ਯਾਨੀ ਪ੍ਰੰਤ ਬਖ ਬਖ ਹਸਪਤਾਲਾਂ ਥਮਾ ਛੁੱਟੀ ਹੋਈ ਗਈ ਇੰਦੇ ਚਾ 6 ਜੰਮੂ ਖੇਤੇ ਥਮਾ ਹੈ ਤੇ 34 ਕਸ਼ਮੀਰ ਖੇਤੇ ਥਮਾ ਤੋਂ ਹੀ ਪਿਛਲੇ 24 ਘੰਟੇ ਦੌਰਾਨ ਮੁਲਖ ਪਰ ਥਾਵਾ ਕੋਵਿਡ-19 ਦੇ 12930 ਮਾਮਲੇ ਸਾਹਮਣੇ ਆਏ ਨੇ ਇਹਨਾਂ ਮਾਮਲੇ ਦੇ ਸਾਹਮਣੇ ਆਉਣੇ ਮਗਰਾ ਕੋਵਿਡ-19 ਦੇ ਕੁੱਲ ਤਸਦੀਕਸ਼ੁਦਾ ਮਾਮਲੇ ਦੀ ਗਿਣਤਰੀ 1 ਕਰੋੜ 8 ਲੱਖ 71295 ਹੀ ਗਈ ਹੈ ਇਹਦੇ ਚਾ 1 ਲੱਖ 42562 ਸਕਰੀਏ ਮਾਮਲੇ ਨੇ 1 ਕਰੋੜ 5 ਲੱਖ 73373 ਮਰੀਜ਼ ਨਰੋਏ ਹੋਏ ਗਏ ਨੇ ਜਿਸ ਨਾਲ ਕਿ ਪਿਛਲੇ 24 ਘੰਟੇ ਦੌਰਾਨ 108 ਲੋਕਾਂ ਦੀ ਇਸ ਅਲਗਾ ਕਰੇ ਮੌਤ ਹੋਈ ਹੈ ਇਸ মহামারि ਦੇ ਮੁਲਕਾ ਚ ਫੈਲਨੇ ਮੰਦਰਾ ਅਜੇ ਤੱਕ ਕਰ 155360 ਲੋਕਾਂ ਦੀ ਮੌਤ ਹੋਈ ਹੈ ਕੇਂਦਰੀ ਸਿਹਤ ਮੰਤਰਾਲੇ ਦਾ ਗਲਾਣਾ ਜੇ ਕੋਵਿਡ-19 ਗ੍ਰਸਮ ਰੀਜ਼ਨ ਦੇ ਠੀਕ ਹੋਣ ਦੀ ਦਰ ਹੋਰ ਬਿਹਤਰ ਹੋਈ ਹੈ 79.27 ਫੀਸਦੀ ਹੋ ਗਈ ਹੈ ਇਹ ਖਬਰਾਂ ਤੋਂ ਸ਼ਕਾਸ਼ਵਰਨੀ ਜਮੁਥਮਾ ਸੁਣਾ ਕਰ ਦਿਓ ਬਾਕੀ ਦੀਆਂ ਖਬਰੇ ਕਰਨਾ ਸ਼੍ਰੋਤੀ ਖਿਉਰੀਆ ਰਖਸ਼ਵੰਤੀ ਰਾਜਨਾਥ ਸਿੰਘ ਨੇ ਲੋਕ ਸਭਾ ਚ ਆਖਿਆ ਜੇ ਭਾਰਤ ਆਪਣੀ 1 ਇੰਚ ਜ਼ਮੀਨ ਕੁਸੇਗੀ ਵੀ ਨਹੀਂ ਦੇਗ पूर्वी लद्दाख की मौजूदा स्थिति बारे लोकसभा बयान रक्षा मंत्री दक्षामंत्री दस दवै धड़े मरहलेवार ढंगे अगेत्रे अपने बलें के पिछे हटाई लेंगे उन्होंने दस जन् सितंबर महीने सव भारत चीन सैनिक ते कूटनीतिक सतह पर संपर्क बनाए बनाएता है उन्होंने दस भारतीय बलें चीन की एक तरफा कार्रवाई का बनकता जवाब दिता पैंगाक तफ्सो झील के दक्षिणी ते उत्तरी कंडे पर बड़ी मती हिम्मत कम लाता एहले राज्यसभान दानाथ सिंह होरोसा दुआया चीन कन्न गलब मुल्क दी रणनीति ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਇਸ ਨਿਸ਼ਚੇ ਪਰ ਆਧਾਰਿਤ ਹੈ ਜੇ ਅਸ ਆਪਣੀ ਜ਼ਮੀਨ ਦਾ ਇੱਕ ਬੇਂਚ ਨਹੀਂ ਦੇਗੇ ਸੂਖਸ਼ਮ ਲੋਕੇ ਤੇ ਮਜੋਲੇ ਉਦਮੇ ਸਰਬੰਦੀ ਮੰਤਰਾਲੇ ਨੇ ਦੱਸਿਆ ਹੈ ਜੇ ਮੁਲਕ ਹੈ ਚ ਪਿਛਲੇ ਪੰਜੇ ਬਰੇ ਦੌਰਾਨ ਭਲਿਆਂ ਲੋਕੇ ਲੋਕੇ ਤੇ ਮਧਿਅਮ ਤਰੀਕੇ ਦੇ 1 ਕਰੋੜ 2 ਲੱਖ ਤਮਾ ਮਤੇ ਉਦਮੇ ਦੀ ਰਜਿਸਟਰ ਕੀਤਾ ਗਿਆ ਮੰਤਰਾਲੇ ਦੇ ਮੰਤਰੀ ਨਿਤਿਨ ਗਟਕਰੀ ਹੋਰੇ ਕਾ ਲੋਕ ਸਭਾ ਚ ਇਹਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਜੇ 2015 ਤਮਾ 2020 ਤੋੜੀ नए एक करोड़ दो लख बत्तीस हजार उद्यमें का पंजीकरण किया गया मुल्क है उन्हें दस मुल्ख इस सैक्टर के बढ़ावे नेक स्कमें लागू किया जाता है गडकरी हो एमएसएमई सैक्टर के बढ़ावे आत्मनिर्भर भारत अभियान तहत भी नेक उ उपा किए हैं अमरीका ने कहा ज जम्मू कश्मीर बारे नीति च कोई तब्ली नहीं आई है अमरीकी विदेश मंत्रालय के प्रवक्ता ने कल वाशिंगटन दस जड़ा स्पष्ट है क्षेत्र में अमरीक है नीति कोई फेरबदल नहीं है। अमरीकी कांग्रेस अनुसंधान सेवा की रिपोर्ट मुताबिक पिछले दहाके दौरान भारत कने अमरीका संबंध और मजबूत होए जिसले कि पाकिस्तान दे बेविश्वासी बदी है। मथुरा जो सालाना बसंत पंचमी का मेला चौदह फरवरी को लौया जा रहा है मेले दिये तैयारियों का जायजा लैने कल महकमा माल के अधिकार ਅਸਿਸਟੈਂਟ ਕਮਿਸ਼ਨਰ ਨੂੰ ਦੀ ਪ੍ਰਧਾਨਤਾ ਚ ਉੱਥੇ ਇੱਕ ਬੈਠਕ ਲੱਗੀ ਬੈਠਕ ਚ ਬਖ ਬਖ ਮਹਿਕਮੇ ਪਾਸੇ ਕਿਤੇ ਜਾਂਦੇ ਪ੍ਰਬੰਧਨ ਦਾ ਜਾਇਜ਼ਾ ਲੈਤਾ ਗਿਆ ਜਿੰਦੇ ਚ ਬਿਜਲੀ ਪਾਣੀ ਸਾਫ ਸਫਾਈ ਜ਼ਰੂਰੀ ਚੀਜ਼ਾਂ ਬਸਤੇ ਦੀ ਦਸਤਿਆਬੀ ਟਰਾਂਸਪੋਰਟ ਤੇ ਮੈਡੀਕਲ ਸੁਵਿਧਾਵਾਂ ਦੇ ਬੰਦੋਬਸਤ ਵੀ ਸ਼ਾਮਿਲ ਹੈ ਇਹ ਮੇਲਾ 14 ਫਰਵਰੀ ਦੀ ਸ਼ੁਰੂ ਹੋ ਤੇ 16 ਫਰਵਰੀ ਦੀ ਸੰਪੰਨ ਹੋਈ ਜਾਗ मरीजों की बेहतर देखभाल गवर्नमेंट मेडिकल कॉलेज जम्मू आसिया न्युक्लियर मेडिसिन शौबे ओपीडी की सेवा शुरू की यह सेवा शुरू हफ्ते दो बारी सोमवार बुधवार मुहैया करवाई जाय बाबा आटॉमिक रिसर्च सेंटर मुम्बईव न्यूक्लियर मेडिसिनने माहिर डॉ सुधीर शर्मा होवा देंगन एन जीएमसी जम्मू के क्षेत्रीय कैंसर केन्द्र चले गरीब मरीजों की बड़ी म्ला राहत थे किश्तवाड़ डिप्टी दे, कमिश्नर अशोक शर्मा और कल जिले चला कोविड उन्नीस सव बचा टीकाकरण अभियान का बैठक दौरान जायजा ला जिला टीकाकरण अधिकारी इस प्रक्रिया बारे ब्यौरा दता उन्हें उन्होंने दस पंजीकृत अट्ठ सौ त्रानवे सेहतकर्मियों चा पांच सौ चुहत्तर टीका लाया गया है सत सौ चौरासी आंगनवाड़ी कार्यकर्ताए चांजा फीसद टीकाकरण हो गया टीकाकरण अभियान गी सुचारू रमानदारी आगे सर करोने लड़िड्द सब्बे उपा किये ਬੈਟਿਕ ਚ ਜਾਣਕਾਰੀ ਦਿੱਤੀ ਗਈ ਜੇ ਟਿਕਾకరణ ਅਭਿਆਨ ਜੋ ਕੋਵਿਨ ਐਪ ਜੀਸੀ ਸੇਤ ਪਰਵਾਰ ਕਲਿਆਣ ਮੰਤਰਾਲੇ ਆਸਿਆ ਵਿਕਸਿਤ ਕੀਤਾ ਗਿਆ ਹੈ ਦਾ ਇਸਤੇਮਾਲ ਕੀਤਾ ਜਾਂਦਾ ਹੈ ਦੇ ਰਾਇਮ ਪੰਡਾਰਿੰਦਾ ਮੌਜੂਦਾ ਸਥਿਤੀ ਟੀਕੇ ਦੀ ਰੱਖ ਰੱਖਣ ਲਈ ਸਹੀ ਤਾਪਮਾਨ ਕਿਲਾਬਾਰਤੀ ਦਾ ਪਤਾ ਲਾਣਾ ਸਖਲਾ ਹੁੰਦਾ ਹੈ ਡਿਪਟੀ ਕਮਿਸ਼ਨਰ ਨੇ ਮੁੱਖ ਸੇਧ ਅਧਿਕਾਰੀ ਕੀਦਾ ਤਾਂ ਦਿੱਤੀ ਹੈ ਜੋ ਟਿਕਾకరణਾ ਦੀ ਪ੍ਰਕਿਰਿਆ ਗੀ ਤੇਜ਼ ਕਰਨ ਤਾਂ ਜੋ ਮਿੱਥੇ ਦੇ ਲਕਸ਼ ਗੀ ਅਸਲ ਕਿੱਤਾ ਜਾイ ਸਕੇ ਆਖੀਰ ਚ ਮੁੱਖ ਮੁਖ ਸਮਾਚਾਰਿਕ ਪਰਿਪਰਤੀ ਹੈ ਉਪ ਰਾਜਪਾਲ ਮਨੋਜ ਸਿਨਾ ਹੋ ਰਹੇ ਕੱਲ ਜੰਮੂ ਚ ਜਨਰਲ ਬਾਸਟੇ ਸ਼ਾਪਿੰਗ ਕੰਪਲੈਕਸ ਤੇ ਬਹੁਮੁਖੀ ਪਾਰਕਿੰਗ ਦਾ ਉਦਘਾਟਨ ਕੀਤਾ ਤੇ ਆਖਿਆ ਜੇ ਮਵਾਰਖ ਮੰਡੀ ਥਾਂ ਤਵੀ ਢੋੜੀ ਦੇ ਇਲਾਕੇ ਦਾ ਵਿਕਾਸ ਕੀਤਾ ਜਾਗ ਉਪ ਰਾਜਪਾਲੋਂ ਦਾ ਸਲਾਹਕਾਰ ਫਾਰੂਖ ਖਾਨ ਹੋ ਰਹੇ ਸਮਾਜਤਾਈ ਯੋਗਦਾਨ ਕਰਨ ਆਸਤੇ ਕਸ਼ਮੀਰੀ ਪੰਡਤਾਂ ਦੀ ਸਰਾਹਣਾ ਕੀਤੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਹੋ ਰਹੇ ਆਖਿਆ ਜੇ ਭਾਰਤ ਤੇ ਚੀਨ ਪੂਰਬੀ ਲਦਾਖ ਚ ਅਗੇਤਰੇ ਇਲਾਕੇ ਥਾਂ ਮਹਰਲੇ ਬਾਟੰਗਾ ਕਹਿੰਨਾ ਆਪਣੇ ਭਲੇਂਗੀ ਪਿੱਛਾ ਟਾਣੇ ਪਰ ਅਰਾਜ਼ੀ ਹੋਈ ਹੈ ਨਾ ਤੇ ਪਿਛਲੇ ਪੰਜ ਬਾਰੇ ਦੌਰਾਨ ਮੁਲਖੇਚ ਤਕਰੀਬਨ 1 ਕਰੋੜ ਸੂਖਸ਼ਮ ਲੋਕੇ ਤੇ ਮਝੌਲੇ ਉਦਮੇ ਦਾ ਪंजीकरण ਕੀਤਾ ਗਿਆ ਹੈ ਇਹ ਦੇ ਕਹਨਗਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹਾ